ਸਾਡੇ ਘਰੇ ਤਾਂ ਘੜੇ ਭਰੇ ਰਹਿੰਦੇ ਆ ਜੀ ਸਾਡੇ ਲਾਣੇ ਦਾ ਤਾਂ ਧੰਦਾ ਹੀ ਹੋਆ ਅਸੀਂ ਤਾਂ ਬਸਦੇ ਡਾਕੂਆਂ ਦੀਆਂ ਅਸੀਂ ਤਾਂ ਬਸਦੇ ਡਾਕੂਆਂ ਦੀਆਂ ਪੰਜਾਬ ਨੂੰ ਲੱਗੀਆਂ ਅਲਾਮਤਾਂ ਵਿੱਚੋਂ ਇੱਕ ਹੈ ਨਸ਼ਾ ਜੋ ਅੱਜ ਦੇ ਸਮੇਂ ਇੱਕ ਸਾਜਿਸ਼ ਅਧੀਨ ਪੰਜਾਬ ਵਿੱਚ ਲਿਆਂਦਾ ਗਿਆ ਇਸ ਨਸ਼ੇ ਵਿੱਚ ਜਿੱਥੇ ਪੰਜਾਬ ਦੀ ਜਵਾਨੀ ਖਤਮ ਹੋ ਗਈ ਉੱਥੇ ਹੀ ਨਸ਼ੇ ਦੇ ਨਾਲ ਬਦਮਾਸ਼ੀ ਜੋ ਕਿ ਹੁਣ ਗੈਂਗਸਟਰਵਾਦ ਦਾ ਰੂਪ ਧਾਰਨ ਕਰ ਚੁੱਕੀ ਹੈ ਉਹ ਵੀ ਆਪਣੇ ਪੂਰੇ ਜੋਬਨ 'ਤੇ ਹੈ ਅਜਿਹੇ ਵਿੱਚ ਨਸ਼ੇ ਅਤੇ ਬਦਮਾਸ਼ੀ ਦਾ ਪੰਜਾਬ ਦੀ ਜਵਾਨੀ 'ਤੇ ਕੀ ਅਸਰ ਪੈਂਦਾ ਹੈ ਕਿਵੇਂ ਆਮ ਘਰਾਂ ਦੇ ਪੁੱਤ ਇਸ ਦੀ ਭੇਂਟ ਚੜ੍ਹਦੇ ਨੇ ਅਤੇ ਇਸ ਦਲਦਲ ਵਿੱਚ ਪੈ ਕੇ ਜ਼ਿੰਦਗੀ ਤਬਾਹ ਕਰ ਲੈਂਦੇ ਨੇ ਇਸ ਵਰਤਾਰੇ ਨੂੰ ਨਵੀਂ ਫਿਲਮ ਜ਼ਿੰਦਗੀ ਜ਼ਿੰਦਾਬਾਦ ਵਿੱਚ ਬਾਖੂਬੀ ਦਿਖਾਇਆ ਗਿਆ ਜੋ ਕਿ ਮਿੰਟੂ ਗੁਰੂਸਰੀਏ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ ਹੈ ਪੰਜਾਬੀ ਗਾਇਕ ਨਿੰਜਾ ਯਾਦ ਗਰੇਵਾਲ ਕੁਲਜਿੰਦਰ ਸਿੱਧੂ ਸਮੇਤ ਅਦਾਕਾਰਾ ਮੈਂਡੀ ਤੱਖਰ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨੇ ਕਮੇਡੀ ਫਿਲਮਾਂ ਤੋਂ ਹਟ ਕੇ ਪੰਜਾਬੀ ਸਿਨੇਮੇ ਨੇ ਜੋ ਗੰਭੀਰ ਤੇ ਪੰਜਾਬ ਦੇ ਮੁੱਦਿਆਂ ਨੂੰ ਛੂਹਿਆ ਹੈ ਉਸਦੀ ਉਦਾਹਰਣ ਹੈ ਫਿਲਮ ਜ਼ਿੰਦਗੀ ਜ਼ਿੰਦਾਬਾਦ ਜੋ 27 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਹਦੇ ਸਾਰੇ ਐਡੇ ਵੱਡੇ ਡਾਕੂ ਪੁੱਤ ਸਿਰੇ ਦਾ ਵੈਲੀ ਹੋਵੇ ਉਸ ਮਾਂ ਨੂੰ ਭਲਾ ਕੀ ਹੋ ਸਕਦਾ ਹੈ ਇਸ ਫਿਲਮ ਦਾ ਟ੍ਰੇਲਰ ਇਸ ਫਿਲਮ ਦੀ ਜਾਨਦਾਰ ਅਦਾਕਾਰੀ ਤੇ ਸ਼ਾਨਦਾਰ ਫਿਲਮਾਕਣ ਦੀ ਗਵਾਹੀ ਭਰਦਾ ਹੈ ਇਹ ਫਿਲਮ ਸਿਆਸਤ ਦੀ ਗੈਂਗਸਟਰਵਾਦ ਨੂੰ ਪੁਸ਼ਟ ਪਨਾਹੀ ਗੈਂਗਸਟਰਵਾਦ ਵਿੱਚ ਨਸ਼ੇ ਅਤੇ ਨਸ਼ੇ ਤੋਂ ਬਾਅਦ ਉੱਜੜਦੇ ਘਰਾਂ ਨੂੰ ਬਾਖੂਬੀ ਪਰਦੇ 'ਤੇ ਦਿਖਾਉਣ ਦਾ ਜ਼ਰੀਆ ਬਣੀ ਹੈ ਖਾਸ ਕਰਕੇ ਪੰਜਾਬ ਦੀ ਜਵਾਨੀ ਦੀ ਅਸਲ ਕਹਾਣੀ ਨੂੰ ਇਸ ਫਿਲਮ ਰਾਹੀਂ ਪਰਦੇ 'ਤੇ ਦਿਖਾਉਣ ਦੀ ਪਹਿਲ ਇਸ ਫਿਲਮ ਰਾਹੀਂ ਕੀਤੀ ਗਈ ਹੈ ਜ਼ਿੰਮੇਦਾਰ ਸਾਹਿਬ ਸਾਡੇ ਨਾਲ ਵੀ ਜਾਣ ਪਛਾਣ ਕਰ ਹੀ ਲਓ ਐਵੇਂ ਰੋ ਰੋ ਜਾਣਾ ਔਖਾ ਤੁਹਾਨੂੰ ਵੀ ਲੱਗੂ ਸਾਗਾ ਹਿੱਟਸ ਦੇ ਬੈਨਰ ਹੇਠ ਫਿਲਮ ਪਰਦੇ 'ਤੇ ਆ ਰਹੀ ਹੈ ਅਤੇ ਸੁਮੀਤ ਸਿੰਘ ਇਸ ਫਿਲਮ ਦੇ ਪ੍ਰੋਡਿਊਸਰ ਨੇ ਨਾਲ ਹੀ ਪ੍ਰੇਮ ਸਿੰਘ ਸਿੱਧੂ ਦੇ ਡਾਇਰੈਕਸ਼ਨ ਵਿੱਚ ਇਹ ਫਿਲਮ ਆਪਣਾ ਜਲਵਾ ਦਿਖਾਉਣ ਨੂੰ ਤਿਆਰ ਹੈ 27 ਅਕਤੂਬਰ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫਿਲਮ ਨੂੰ ਦਰਸ਼ਕਾਂ ਦੇ ਭਰਪੂਰ ਹੁੰਗਾਰੇ ਦੀ ਉਮੀਦ ਹੈ ਬਹੁਤ ਵੇਖ ਕੇ ਜਿਨ੍ਹਾਂ ਦੇ ਆਨੇ ਬਾਹਰ ਆ ਜਾਂਦੇ ਨਾ ਟਾਂਡਾ ਸਾਹਿਬ ਉਹ ਸਾਡੀ ਚਾਲ ਨਹੀਂ ਚੱਲ ਸਕਦੇ ਜ਼ਿੰਦਾਬਾਦ ਹੈ ਜ਼ਿੰਦਗੀ ਜ਼ਿੰਦਾਬਾਦ